ਜਾਣੀ ਚਾਹੁੰਦੇ ਹੋ ਕਿ ਇਸ ਸਾਲ ਸੁਖਵੀਰ ਸਿੰਘ ਬਾਦਲ ਨੇ ਫੇਵਰਟਿਜ਼ਮ ਕੀਤੀ ਹੈ ਉਹ ਉਹਨਾਂ ਦੇ ਮਹਿਕਮੇ ਚ ਦਾ ਇੱਕ ਨਵੇਂ ਪੈਸੇ ਦਾ ਗੋਸਵਾਮੀ ਸਾਹਿਬ ਬੈਠੇ ਨੇ ਆਰਟੀਓ ਦੇ ਬੜੇ ਐਕਸਪਰਟ ਨੇ ਉਹਨਾਂ ਨੂੰ ਪਤਾ ਹੋਗਿਆ ਇਸ ਗੱਲ ਦਾ ਕਿ ਉਹ ਸਵੇ ਉਲਟ ਗੱਲ ਹੈ ਕਿ ਜਦ ਦੇ ਮਿਨਿਸਟਰ ਬਣੇ ਨੇ ਹੈ ਤਾਂ ਕੋਇਨਸੀਡੈਂਸ ਸੀ ਨਹੀਂ ਕੋਈ ਨੀਤੀ ਦਾ ਹਿੱਸਾ ਨਹੀਂ ਉਹਦਾ ਜਾਣਬੁੱਝ ਕੇ ਨਹੀਂ ਹੋਇਆ ਲੇਕਿਨ ਇਹ ਤਾਂ ਇਹਨਾਂ ਜ਼ਰੂਰ ਸਿੱਧ ਹੁੰਦਾ ਕਿ ਜਾਣਬੁੱਝ ਕੇ ਫੇਵਰਟਿਜ਼ਮ ਨਹੀਂ ਕੀਤੀ ਗਈ ਤਾਂ ਉਹ ਇੱਕ ਨਵੇਂ ਪੈਸੇ ਦਾ ਇਸ਼ਤਿਹਾਰ ਜਿਹੜਾ ਉਹ ਪੀਟੀਸੀ ਨੂੰ ਬਲਕਿ ਮੈਨੂੰ ਲੱਗਦਾ ਲੱਗਦਾ ਕਿ ਤੁਸੀਂ ਇਸ ਤੋਂ ਮੈਨੂੰ ਲੱਗਦਾ ਇਹ ਗੱਲ ਹੋ ਰਹੀ ਹੈ ਇਹ ਤਾਂ ਇੱਕ ਗੱਲ ਹੋ ਗਈ ਐਡ ਦੀ ਮੈਨੂੰ ਲੱਗਦਾ ਕਿ ਮੇ ਬੀ ਇਨ ਫਿਊਚਰ ਤੁਹਾਨੂੰ ਇੱਕ ਹੋਰ ਡਿਸਕਸ਼ਨ ਕਰਾਉਣੀ ਚਾਹੀਦੀ ਹੈ ਕਿ ਇੱਕ ਮੁੱਦਾ ਹੋਰ ਮੈਂ ਦੇਖ ਰਿਹਾ ਜਿਹੜਾ ਨਿਕਲ ਕੇ ਆ ਰਿਹਾ ਉਹ ਇੰਡੀਪੈਂਡੈਂਸ ਆਫ ਦਾ ਮੀਡੀਆ ਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਦਾ ਲੱਗਦੇ ਨੇ ਉਹਨੂੰ ਇਨਵੈਸਟੀਗੇਟ ਕੌਣ ਕਰੇਗਾ ਅੱਜ ਦੀ ਡੇਟ ਵਿੱਚ ਤਾਂ ਇਨਵੈਸਟੀਗੇਸ਼ਨ ਲਈ ਟੀਵੀ ਚੈਨਲ ਤੇ ਖਾਸ ਕਰ ਜਦ ਲੱਗਦੇ ਨੇ ਫੇਵਰਿਟਿਜ਼ਮ ਦੇ ਜਾਂ ਬਾਇਸ ਨਿਊਜ਼ ਦੇ ਤਾਂ ਉਹਨੂੰ ਇਨਵੈਸਟੀਗੇਟ ਕਰਨ ਵਾਲਾ ਕੋਈ ਨਹੀਂ ਹੈ ਜਾਂ ਜਿਸ ਤਰ੍ਹਾਂ ਬੇਨ ਸਾਹਿਬ ਨੇ ਕਿਹਾ ਕਿ ਉਹ ਕੇਬਲ ਨੈਟਵਰਕ ਬੰਦ ਕਰਾਉਣ ਦੇ ਨੇ ਕਰਾਉਣ ਵਾਲੇ ਦੇ ਐਲੀਗੇਸ਼ਨ ਲੱਗਦੇ ਨੇ ਤੇ ਇਸ ਟਾਈਪ ਦੇ ਜਿਹੜੇ ਐਲੀਗੇਸ਼ਨ ਨੇ ਉਹਨੂੰ ਇਨਵੈਸਟੀਗੇਟ ਕਰਨ ਵਾਲੀ ਕੋਈ ਏਜੰਸੀ ਨਹੀਂ ਹੈ ਨਹੀਂ ਉਸ ਤੇ ਇਹ ਬੜਾ ਸੀਰੀਅਸ ਇਸ਼ੂ ਹੈ ਇਹ ਆਰਟੀਕਲ 19 ਜਿਹੜਾ ਸਾਡਾ ਫ੍ਰੀਡਮ ਆਫ ਸਪੀਚ ਹੈ ਉਹਦੇ ਨਾਲ ਜੁੜਿਆ ਹੋਇਆ ਇਸ਼ੂ ਹੈ ਤਾਂ ਐਸ ਕਰਕੇ ਇਹ ਇਹਦੇ ਲਈ ਮੈਨੂੰ ਲੱਗਦਾ ਕਿ ਡਿਬੇਟ ਹੋਣੀ ਚਾਹੀਦੀ ਹੈ ਕਿ ਉਹਨੂੰ ਇਨਵੈਸਟੀਗੇਟ ਕੌਣ ਕਰੇਗਾ ਨੈਸ਼ਨਲ ਲੈਵਲ ਤੇ ਤੇ ਸਟੇਟ ਲੈਵਲ ਤੇ ਜਿਹਦੇ ਨਾਲ ਮੀਡੀਆ ਦੀ ਇੰਡੀਪੈਂਡੈਂਸ ਵੀ ਰਹੇ ਸਰਕਾਰਾਂ ਦੀ ਇੰਡੀਪੈਂਡੈਂਸ ਵੀ ਰਹੇ ਤੇ ਲੋਕਾਂ ਕੋਲ ਸਹੀ ਇਨਫੋਰਮੇਸ਼ਨ ਤੇ ਸਹੀ ਨਿਊਜ਼ ਪਹੁੰਚੇ ਜੇ ਤੁਸੀਂ ਪ੍ਰੈਸ਼ਰਾਈਜ਼ ਕਰ ਸਕਦੇ ਹੋ ਨਿਊਜ਼ ਚੈਨਲ ਨੂੰ ਇਹ ਕਹਿ ਕੇ ਕਿ ਤੁਹਾਨੂੰ ਅਸੀਂ ਇਹ ਫਲਾਨੀ ਗਵਰਨਮੈਂਟ ਜ਼ਿਆਦਾ ਐਡ ਦਿੱਤੀ ਜਾਂ ਤੁਹਾਡੇ ਫਲਾਨੀ ਗਵਰਨਮੈਂਟ ਨਾਲ ਲਿੰਕ ਹੈ ਜਾਂ ਕੋਈ ਹੋਰ ਦੂਜੀ ਪੋਲੀਟੀਕਲ ਪਾਰਟੀ ਉਸ ਤੋਂ ਕਾਊਂਟਰ ਐਲੀਗੇਸ਼ਨ ਲਾ ਦੇ ਤੇ ਉਹਦੇ ਨਾਲ ਮੀਡੀਆ ਜਿਹੜੇ ਆਪਣੇ ਡੋਮਿਨੇਸ਼ਨ ਚੇਂਜ ਕਰਦਾ ਜਾਂ ਆਪਣੇ ਬਾਇਸ ਚੇਂਜ ਕਰਦਾ ਬਾਇਸ ਮੈਂ ਗਲਤ ਵਰਡ ਹੋਗਾ ਆਪਣਾ ਆਪਣਾ ਲਾਈਨ ਆਫ ਐਕਸ਼ਨ ਚੇਂਜ ਕਰਦੇ ਮੈਂ ਸਰ ਇੱਕ ਵੱਡਾ ਕੁਐਸਚਨ ਇਹ ਹੈ ਵੀ ਇਹ ਮਾਮਲੇ ਐਨੇ ਗੰਭੀਰ ਨੇ 2002 ਤੋਂ ਲੈ ਕੇ 2007 ਦੇ ਵਿੱਚ ਕਰੋੜਾਂ ਰੁਪਏ ਦੀ ਆਪਾਂ ਕਹਿੰਦੇ ਸਰਕਾਰੀ ਖਜ਼ਾਨੇ ਦੀ ਲੁੱਟ ਕਰੀ ਜਾ ਸਕਦੀ ਟੀਵੀ ਚੈਨਲ ਨੂੰ ਦਿੱਤਾ ਗਿਆ ਨਾ ਪੈਸਾ ਆਊਟ ਆਫ ਵੇ ਜਾ ਕੇ ਫੇਵਰਾਂ ਦਿੱਤੀਆਂ ਗਿਆ ਤੁਹਾਡੀ ਸਰਕਾਰ ਕਿਉਂ ਨਹੀਂ ਜਾਗੀ 4-5 ਸਾਲ ਕਿਉਂ ਸੁੱਤੇ ਪਏ ਰਹੇ ਤੁਹਾਡੀ ਸਰਕਾਰਾਂ ਨੇ ਕਿਉਂ ਇਸ ਮਾਮਲੇ ਨੂੰ ਇਨਵੈਸਟੀਗੇਟ ਕਰਨ ਦੀ ਲੋੜ ਨਹੀਂ ਸਮਝੀ ਦੇਖੋ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਥੋੜਾ ਬਤਾ ਮੈਂ ਮੰਨਦਾ ਕਿ ਇਹਨੂੰ ਥੋੜਾ ਹੋਰ ਸਖਤੀ ਨਾਲ ਨਿਪਟਿਆ ਜਾ ਸਕਦਾ ਸੀ ਲੇਕਿਨ ਸਭ ਵਿਕਾਸ ਸਿੰਘ ਬਾਦਲ ਦੇ ਮਨ ਦੇ ਵਿੱਚ ਉਹਨਾਂ ਦੀ ਪਹੁੰਚ ਦੇ ਵਿੱਚ ਕੀ ਗੱਲ ਸੀ ਕਿ ਜਿਹੜੇ ਸਾਡੇ ਤੋਂ ਪਹਿਲਾਂ ਪਿਛਲੇ ਸਾਲ ਨਿਕਲੇ ਨੇ ਉਹ ਪੰਜਾਬ ਦੀ ਜਨਤਾ ਨੂੰ ਕੁਛ ਇਸ ਤਰ੍ਹਾਂ ਦੇ ਮਾਹੌਲ ਦੇਖਣੇ ਪਏ ਕਿ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਬਦਲਾਖੋਰੀ ਤਸ਼ੱਦਦ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਦੂਜੇ ਦੇ ਖਿਲਾਫ ਝੂਠੇ ਇਲਜ਼ਾਮ ਝੂਠੇ ਕੇਸ ਇਕੱਲੇ ਇਕੱਲੇ ਸਾਡੇ ਜਿਹੜੇ ਪੁਰਾਣੇ ਸਾਡੇ ਮੰਤਰੀ ਸਾਹਿਬਾਨ ਸਨ ਜਾਂ MLA ਸਾਹਿਬਾਨ ਸਨ ਇਕੱਲਿਆਂ ਇਕੱਲਿਆਂ ਦੇ ਉੱਤੇ ਜੋ ਕੇਸ ਕੀਤੇ ਗਏ ਉਹਨਾਂ ਦੇ ਬੱਚਿਆਂ 'ਤੇ ਵੀ ਉਹਨਾਂ ਦੀਆਂ ਲੇਡੀਜ਼ ਉੱਤੇ ਵੀ ਬਜ਼ੁਰਗਾਂ ਉੱਤੇ ਵੀ ਤਾਂ ਉਸ ਮਾਹੌਲ ਨੂੰ ਠੱਲ ਪਾਉਣ ਦੇ ਲਈ ਅਸੀਂ ਇਹ ਸੋਚਿਆ ਸੀਗਾ ਕਿ ਜਿਹੜਾ ਹੈ ਕਿ ਜਿੱਥੇ ਤੱਕ ਹੋ ਸਕੇ ਆਊਟ ਆਫ ਦੀ ਵੇ ਜਾ ਕੇ ਕੋਈ ਜਿੱਥੇ ਤੱਕ ਕਾਨੂੰਨ ਦੀ ਕੋਈ ਖਿਲਾਫ ਵਰਜ਼ੀ ਹੁੰਦੀ ਹੈ ਤਾਂ ਉੱਥੇ ਲੋ ਮਸਟ ਯੂਨੋ ਟੇਕ ਇਟਸ ਕੋਰਸ ਲੇਕਿਨ ਇਸ ਤਰ੍ਹਾਂ ਦਾ ਪ੍ਰਭਾਵ ਨਾ ਜਾਵੇ ਕਿ ਉਹ ਲੋਕ ਵਿੱਥ ਕੇ ਕਿਸੇ ਦੇ ਪਿੱਛੇ ਪੈ ਗਏ ਆ ਲੇਕਿਨ ਇਹ ਤਾਂ ਸ਼ਾਇਦ ਉਹ ਨਾ ਤੇ ਚੱਕਰ ਦੀ ਸ਼ਾਇਦ ਉਸੇ ਪੰਜਾਬ ਦੀ ਜਨਤਾ ਦਾ ਸੱਟਾ ਲੱਗ ਰਿਹਾ ਜਿਹਨਾਂ ਨੇ ਥੋੜਾ ਰੁਪਏ ਲੁਟਾਤੇ ਗਏ ਨਹੀਂ ਮੈਂ ਤੁਹਾਡੀ ਗੱਲ ਸਮਝਦਾ ਹਾਂ ਕਿ ਸ਼ਾਇਦ ਉਸ ਚੰਗਿਆਈ ਨੂੰ ਅਸੀਂ ਥੋੜਾ ਐਕਸਟ੍ਰੀਮ ਤੇ ਲਗੇ ਤਾਂ ਉਹ ਸ਼ਾਇਦ ਜਿਹੜੀ ਇਹ ਸਾਰੀ ਗੱਲ ਆ ਉਹ ਮੈਂ ਮੰਨਦਾ ਕਿ ਸਭ ਤੋਂ ਆਮ ਇੰਟੈਂਸ਼ਨਲੀ ਜਾਣ ਵਿੱਚ ਕਿ ਨਹੀਂ ਲੇਕਿਨ ਆਮ ਇੰਟੈਂਸ਼ਨਲੀ ਜਦੋਂ ਤੁਹਾਡਾ ਮਾਈਂਡ ਸੈਟ ਇੱਕ ਪਾਸੇ ਨੂੰ ਚੱਲਦਾ ਹੈ ਕਿ ਹੁਣ ਚੰਗਾ ਹੀ ਕਰਨਾ ਆ ਤਾਂ ਕਈ ਵਾਰੀ ਜਿੱਥੇ ਥੋੜਾ ਮੇਰਾ ਸਖਤ ਵੀ ਹੋਣਾ ਪੈਂਦਾ ਤੇ ਥੋੜੀ ਜਿਹੀ ਕਈ ਵਾਰੀ ਥੁੱਤ ਹੋ ਜਾਂਦਾ ਤਾਂ ਉਹ ਉਸ ਤਰ੍ਹਾਂ ਹੁੰਦਾ ਲੇਕਿਨ ਦੇਖ ਲਈ ਆਪਾਂ ਸਾਰੀ ਗੱਲ ਜੀ ਜੀ ਤੇ ਵੈਸੇ ਰਵੀ ਸਾਹਿਬ ਜੇ ਤੁਸੀਂ ਸਵਾਲ ਪੁੱਛਿਆ ਹਰਚੰਦ ਬਾਸਵਾ ਨੂੰ ਤੇ ਇਹਦੇ ਵਿੱਚ ਮੈਂ ਕਹਿਣਾ ਚਾਹੂੰਗਾ